ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਸੁਖਜਿੰਦਰ ਰਮਾਣਾ। ਹਰ ਵਾਰ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਹਫ਼ਤਾਵਾਰੀ ਪ੍ਰੋਗਰਾਮ ਪੱਖ ਦੇ ਮਸਲਿਆਂ 'ਤੇ ਵਿਚਾਰ ਚਰਚਾ। ਔਰ ਸਾਡੇ ਨਾਲ ਵਿਚਾਰ ਚਰਚਾ ਲਈ ਹਾਜ਼ਰ ਨੇ ਭਾਈ ਜਸਕਰਨ ਸਿੰਘ ਸਿਵੀਆਂ, ਮੁੱਖ ਸੇਵਾਦਾਰ ਨਸ਼ਾ ਮੁਕਤੀ ਗੁਰਮੁਖ ਪ੍ਰਚੰਡ ਲਹਿਰ। ਸਿਵੀਆਂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਵੀਆਂ ਸਾਹਿਬ, ਇੱਕ ਅੱਜ ਦੇ ਅਖਬਾਰ ਦੇ ਵਿੱਚ ਇੱਕ ਹਾਈਕੋਰਟ ਦੀ, ਪੰਜਾਬ ਹਰਿਆਣਾ ਹਾਈਕੋਰਟ ਦੀ ਖਬਰ ਹੈ, ਜਿਹੜੀ ਇੱਕ ਬਹੁਤ ਵੱਡਾ ਮਸਲਾ ਬਹੁਤ ਲੰਬੇ ਟਾਈਮ ਤੋਂ ਉਲਝਿਆ ਹੋਇਆ। ਪੰਜਾਬ ਦੀ ਜਿਹੜੀ ਰਾਜਧਾਨੀ ਹੈ ਚੰਡੀਗੜ੍ਹ, ਅਤੇ ਨਾਲ ਹੀ ਹਰਿਆਣੇ ਦੀ ਵੀ ਹੈ ਜੀ, ਔਰ ਕਾਫੀ ਦੇਰ ਦਾ ਮਸਲਾ ਲਟਕਿਆ ਆ ਰਿਹਾ, ਅਤੇ ਹਾਈਕੋਰਟ ਨੇ ਦੋਨਾਂ ਰਾਜਾਂ ਤੋਂ ਜਵਾਬ ਮੰਗਿਆ ਜੀ ਕਿ ਆਪਣਾ ਜਿਹੜਾ ਕਲੀਅਰ ਕਰਨ, ਆਪਣੇ ਜਵਾਬ ਦੇਣ, ਪੱਖ ਆਪਣਾ ਰੱਖਣ ਕਿ ਇਹ ਰਾਜਧਾਨੀ ਕਿਸਦਾ ਇਸਦਾ ਹੱਕ ਬਣਦਾ ਚੰਡੀਗੜ੍ਹ 'ਤੇ। ਅਸਲ 'ਚ ਚੰਡੀਗੜ੍ਹ ਦਾ ਜਿਹੜਾ ਮਸਲਾ ਹੈ ਜੀ, ਇਹ ਜਾਣ ਬੁੱਝ ਕੇ ਉਲਝਣ 'ਚ ਪਾਇਆ ਗਿਆ ਜੀ ਜੀ, ਇਹਨੂੰ ਵਿਗਾੜਿਆ ਗਿਆ ਜੀ। ਇਹ ਬੜਾ ਸਾਫ਼ ਹੈ, ਜਦੋਂ ਸਾਂਝਾ ਪੰਜਾਬ ਹੁੰਦਾ ਸੀ ਜੀ, ਪੰਜਾਬ ਦੀ ਰਾਜਧਾਨੀ ਲਾਹੌਰ ਹੁੰਦੀ ਸੀ ਜੀ ਜੀ। 1947 ਦੀ ਵੰਡ ਹੋਈ, ਲਾਹੌਰ ਆ ਜਿਹੜਾ ਉਹ ਲਹਿੰਦੇ ਪੰਜਾਬ ਦੇ ਹਿੱਸੇ ਆ ਗਿਆ ਬਿਲਕੁਲ, ਅਤੇ ਅੱਜ ਤੱਕ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਹੈ ਜੀ। ਜਿਹੜਾ ਸਾਡਾ ਪੰਜਾਬ ਹੈ, ਇਹਦੇ ਵਾਸਤੇ ਉਦੋਂ ਇੱਕ ਮਸਲਾ ਖੜਾ ਹੋਇਆ ਵੀ ਇਹਦੀ ਰਾਜਧਾਨੀ ਕਿਸ ਨੂੰ ਬਣਾਇਆ ਜਾਵੇ। ਪੰਜਾਬ ਦੀ ਰਾਜਧਾਨੀ ਸ਼ਿਮਲੇ ਨੂੰ ਬਣਾਇਆ ਗਿਆ ਜੀ। 1956 ਤੱਕ ਜੀ ਪੰਜਾਬ ਦੀ ਰਾਜਧਾਨੀ ਹੈ ਉਹ ਸ਼ਿਮਲਾ ਰਹੀ ਜੀ, ਅਤੇ ਉਹਦੇ ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਦਾ ਵਿਚਾਰ ਸੀ ਵੀ ਇੱਕ ਪੰਜਾਬ ਦੀ ਰਾਜਧਾਨੀ ਜੀ ਹੋਰ ਥਾਂ 'ਤੇ ਵਸਾਈ ਜਾਵੇ, ਵਿਕਸਿਤ ਕੀਤੀ ਜਾਵੇ ਜੀ। ਉਹ ਜਗ੍ਹਾ ਦੀ ਜਿਹੜੀ ਤਲਾਸ਼ ਹੋਈ ਜਿੱਥੇ ਹੁਣ ਮੌਜੂਦਾ ਚੰਡੀਗੜ੍ਹ ਹੈ, ਉੱਥੋਂ 28 ਪੰਜਾਬੀ ਪਿੰਡ ਆਜ਼ਾਦ ਕੇ ਜੀ ਉਹ ਚੰਡੀਗੜ੍ਹ ਨੂੰ ਉੱਥੇ ਵਸਾਇਆ ਗਿਆ ਜੀ ਬਿਲਕੁਲ, ਅਤੇ ਉਹ ਪੰਜਾਬ ਦੀ ਰਾਜਧਾਨੀ ਬਣਿਆ। 1966 ਤੱਕ ਜੀ ਉਹ ਪੰਜਾਬ ਦੀ ਰਾਜਧਾਨੀ ਰਿਹਾ ਜੀ। ਜਦੋਂ 1966 ਦੇ ਵਿੱਚ ਪੰਜਾਬ ਦੇ ਫਿਰ ਤੋਂ ਟੁਕੜੇ ਕਰ ਦਿੱਤੇ ਗਏ ਜੀ, ਕੁਛ ਹਿੱਸਾ ਹਿਮਾਚਲ ਬਣ ਗਿਆ, ਇੱਕ ਹਿੱਸਾ ਹਰਿਆਣਾ ਬਣ ਗਿਆ, ਅਤੇ ਪੰਜਾਬ ਦੀ ਛਾਂਟ ਕਾਂਟ ਕਰਕੇ ਇੱਕ ਛੋਟਾ ਜਿਹਾ ਪੰਜਾਬੀ ਜਿਹੜਾ ਸੂਬਾ ਸੀ ਉਹਨੂੰ ਕਸੂਬੀ ਬਣਾ ਦਿੱਤਾ ਗਿਆ ਬਿਲਕੁਲ। ਹੁਣ ਰੌਲਾ ਫਿਰ ਰਾਜਧਾਨੀ ਦਾ ਸੀ, ਉਹਨਾਂ ਨੇ ਉੱਥੇ ਫਿਰ ਸ਼ਰਾਰਤ ਕਰਕੇ ਜੀ ਜਿੱਥੇ ਪੰਜਾਬ ਤੋਂ ਬਹੁਤ ਸਾਰੇ ਇਹਦੇ ਅਧਿਕਾਰ ਖੋਹੇ ਗਏ, ਜਿਵੇਂ ਭਾਖੜਾ ਡੈਮ ਦਾ ਅਧਿਕਾਰ ਹੈ ਉਹ ਕੇਂਦਰ ਕੋਲ ਹੈ, ਅਤੇ ਇਹਨੂੰ ਇਹਦੇ ਪਰਕੁਤਮ ਦੀ ਖਾਤਰ ਇਹਦੀ ਰਾਜਧਾਨੀ ਨੂੰ ਵੀ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ ਜੀ, ਵੀ ਇਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੋਵੇਗਾ ਬਿਲਕੁਲ, ਅਤੇ ਦੋਨਾਂ ਦੀ ਰਾਜਧਾਨੀ ਹਰਿਆਣੇ ਅਤੇ ਚੰਡੀਗੜ੍ਹ ਦੀ ਹੋਵੇਗੀ ਠੀਕ ਹੈ। ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਕਿਤੇ ਨਹੀਂ ਹੈ ਜੀ ਵੀ ਕਿਸੇ ਸਟੇਟ ਦੀ ਰਾਜਧਾਨੀ ਨਾ ਹੋਵੇ ਜੀ, ਜਾਂ ਕੋਈ ਸਟੇਟ ਜਿਹੜਾ ਵੀ ਕਿਤੇ ਵੱਖ ਹੋਇਆ, ਜਿਹੜਾ ਵੱਖ ਹੁੰਦਾ ਸਟੇਟ ਉਹਦੀ ਰਾਜਧਾਨੀ ਵੱਖ ਬਣਦੀ ਹੈ, ਨਾ ਕਿ ਉਸ ਮੂਲ ਸਟੇਟ ਦੀ ਰਾਜਧਾਨੀ। ਸਾਡਾ ਤਾਂ ਪੂਰਾ ਹੱਕ ਹੈ, ਪੰਜਾਬੀ ਇਲਾਕੇ ਬੋਲਦੇ, ਸਾਡੇ ਯਾੜ ਕੇ ਬਣਾਈ ਗਈ ਪੰਜਾਬ ਦੀ ਉਹ ਰਾਜਧਾਨੀ ਬਣਾਈ ਗਈ, ਸਾਰਾ ਕੁਛ ਪੰਜਾਬ ਦਾ, ਉਹਦੇ 'ਤੇ ਹੱਕ ਆ, ਉਹਦੇ ਤਾਂ ਕਿਸੇ ਦਾ ਪੁੱਛਣਾ ਬਣਦਾ ਹੀ ਨਹੀਂ। ਜਿਹੜੇ ਪਿੰਡਾਂ ਨੂੰ ਉਜਾੜਾ ਗਿਆ ਸੀ ਉਹਨਾਂ ਨੂੰ, ਉਹ ਵੀ ਪੰਜਾਬੀ ਨੇ, ਉਹਨਾਂ ਨੂੰ ਭਰੋਸਾ ਵੀ ਦਿੱਤਾ ਗਿਆ ਸੀ ਕਿ ਤੁਹਾਡੇ ਲਈ ਹੀ, ਤੁਹਾਡੇ ਸਟੇਟ ਲਈ ਰਾਜਧਾਨੀ ਹੈ ਰਾਜਧਾਨੀ, ਉਹਦੇ 'ਚ ਤਾਂ ਕੋਈ ਦੋ ਰਾਵਾਂ ਹੀ ਨਹੀਂ। ਪੰਜਾਬ ਦੀ ਰਾਜਧਾਨੀ ਵਾਸਤੇ ਉਹਨੂੰ ਵਸਾਇਆ ਗਿਆ ਅਤੇ ਉਹ ਪੰਜਾਬ ਦੀ ਰਾਜਧਾਨੀ ਹੈ ਜੀ, ਇਹਦੇ 'ਚ ਕੋਈ ਰੌਲਾ ਨਹੀਂ ਕਿਸੇ ਗੱਲ ਦਾ, ਪਰ ਉਹ ਜਾਣ ਬੁੱਝ ਕੇ ਐਵੇਂ ਵਿੱਚ ਉਹ ਟਿੰਡ ਚ ਕਾਨਾ ਵਸਾਉਣ ਵਾਲੀ ਗੱਲ ਹੈ ਵੀ ਕਿਤੇ ਨਾ ਕਿਤੇ ਹਰਿਆਣੇ ਦਾ ਐਵੇਂ ਹੱਕ ਜਿਤਾ ਦਿੰਦੇ ਆ, ਕੋਈ ਗੱਲ ਨਹੀਂ, ਬਾਤ ਨਹੀਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਅਤੇ ਰਹੇਗੀ ਜੀ ਬਿਲਕੁਲ। ਅਸੀਂ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਆਪਣਾ ਜਿਹੜਾ ਪੱਖ ਹੈ ਬਹੁਤ ਮਜ਼ਬੂਤੀ ਨਾਲ ਹਾਈਕੋਰਟ ਨੂੰ ਜਵਾਬ ਰੱਖੇਗੀ ਹਾਈਕੋਰਟ ਦੇ ਵਿੱਚ,
ਤੇ ਇਹ ਪੰਜਾਬ ਦਾ ਹੱਕ ਪੰਜਾਬ ਨੂੰ ਮਿਲਣਾ, ਮਤਲਬ ਪੰਜਾਬ ਸਰਕਾਰ ਤੋਂ ਵਾਲੀ ਆਸ ਨਹੀਂ ਰੱਖੀ ਜਾ ਸਕਦੀ ਜੀ, ਕਿਉਂਕਿ ਸਰਕਾਰਾਂ 1966 ਵੇਲੇ ਵੀ ਜਦੋਂ ਆਖ ਹੋਈ ਉਦੋਂ ਵੀ ਸਰਕਾਰ ਨੂੰ ਚਾਹੀਦਾ ਸੀ ਉਦੋਂ ਤੋਂ ਮੋਰਚੇ ਲਾਉਣੇ ਸ਼ੁਰੂ ਕਰਤੇ, ਸੰਤਾਪ ਆਨੰਦਪੁਰ ਸਾਹਿਬ ਦੇ ਮਤੇ 'ਚ ਵੀ ਰੱਖਿਆ ਗਿਆ ਰਾਜਧਾਨੀ ਵਾਪਸ ਕਰੋ, ਫਿਰ ਬਰਨਾਲੇ ਨੇ ਸਮਝੌਤਾ ਕਰਕੇ ਚੀਫ ਮਿਨਿਸਟਰ ਬਣ ਕੇ ਬਹਿ ਗਿਆ, ਉਹਦੀ ਵੀ ਪਹਿਲੀ ਸ਼ਰਤ ਸੀ ਵੀ 26 ਜਨਵਰੀ 1985 ਨੂੰ ਹੈ ਉਹ ਪੰਜਾਬ ਜਿਹੜਾ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨਾ ਸੀ, ਸਮਝੌਤੇ ਸਾਰੇ ਤੋੜਤੇ, ਲੌਂਗੋਵਾਲ ਸਮਝੌਤੇ ਨੂੰ ਤੋੜਤਾ, ਉਹਦਾ ਕੋਈ ਅਸਰ ਨਹੀਂ ਹੋਇਆ ਅਤੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ। ਇਸ ਕਰਕੇ ਸਰਕਾਰਾਂ ਕੀ ਕਰਦੀਆਂ, ਅੱਜ ਵੀ ਕਿਹਦੀ ਮੰਗ ਹੈ, ਊਂ ਤਾਂ ਚੰਡੀਗੜ੍ਹ 'ਤੇ ਕਿਹੜੀ ਕਿਤੇ ਕਲੇਮ ਕਰਿਆ ਪੰਜਾਬ ਸਰਕਾਰ ਨੇ ਵੀ ਸਾਡਾ ਹੈਗਾ ਜਾਂ ਨਹੀਂ, ਉੱਥੇ ਹੁਣ ਹਵਾਈ ਅੱਡੇ ਦਾ ਰੌਲਾ ਪਿਆ ਅਤੇ ਉਹਦੇ ਨਾਂ ਪਿੱਛੇ ਕਿੰਨਾ ਰੌਲਾ ਪਿਆ ਵੀ ਉਹਦੇ ਪੰਜਾਬ ਦੇ ਕਿਸੇ ਹਾਊਸ 'ਤੇ ਨਾਂ ਰੱਖਿਆ ਜਾਵੇ ਜੀ, ਹਰਿਆਣੇ ਦੇ ਨਾਂ 'ਤੇ ਰੱਖ ਲਿਓ, ਹਾਲਾਂਕਿ ਧਰਤੀ ਉਹ ਮੋਹਾਲੀ ਦੀ ਧਰਤੀ 'ਤੇ ਅੱਡਾ ਬਣਾਇਆ ਜਾ ਰਿਹਾ, ਬਿਲਕੁਲ ਜੀ, ਕਿਉਂ ਨਾ ਉਹਦਾ ਨਾਂ ਮਤਲਬ ਪੰਜਾਬ ਦੇ ਨਾਂ 'ਤੇ ਰੱਖਿਆ ਜਾਵੇ ਜਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਜਾਂ ਗੁਰੂਆਂ ਦੇ ਨਾਂ 'ਤੇ ਕਿਸੇ 'ਤੇ ਰੱਖਿਆ ਜਾਂਦਾ, ਪਰ ਐਵੇਂ ਖਾਮ ਖਾ ਦਾ ਵਿੱਚ ਆ ਕੇ ਦਖਲਅੰਦਾਜ਼ੀ ਕਰਨੀ ਹਰੇਕ ਗੱਲ ਦੇ ਪੰਜਾਬ ਦੇ ਵਿੱਚ, ਪੰਜਾਬ ਦੇ ਲੀਡਰਾਂ ਦਾ ਰੱਬ ਰਾਖਾ ਇਹਨਾਂ ਨੂੰ ਪਤਾ ਨਹੀਂ ਕੀ ਡਰ ਹੈ, ਇਹਨਾਂ ਦੀ ਤਾਂ ਮਾਤੀ ਮਾਰੀ ਹੋਈ ਹੈ। ਅਸੀਂ ਅੱਜ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਔਰ ਵਧਾਈ ਵੀ ਦੇਣਾ ਚਾਹਾਂਗੇ ਕਿ ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਬੜੀ ਧੂਮਧਾਮ ਨਾਲ, ਅਤੇ ਸਿੰਘਾਂ ਸਾਹਿਬ ਇਸ ਦੇ ਬਾਰੇ ਕੋਈ ਆਪਣਾ ਵਿਚਾਰ? ਇਸ ਪਵਿੱਤਰ ਦਿਹਾੜੇ 'ਤੇ ਮੈਂ ਜਿੱਥੇ ਵੀ ਗੁਰੂ ਨਾਨਕ ਲੇਵਾ ਜੀ ਸਿੱਖ ਵੱਸਦਾ ਜੀ ਦੁਨੀਆ ਦੇ ਕਿਸੇ ਵੀ ਕੋਨੇ 'ਤੇ, ਬਿਲਕੁਲ ਉਹ ਆਪਣੇ ਚੈਨਲ ਦੇ ਜ਼ਰੀਏ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ, ਰੋਮ ਰੋਮ ਮੇਰਾ ਵਧਾਈ ਹੈ ਉਹਨਾਂ ਸਾਰੇ ਸੱਜਣਾਂ ਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸੇ ਗੁਰੂ ਹੈ ਜਿਹੜੇ ਸਾਰੀ ਲੋਕਾਈ ਦੀ ਰਹਿਨਮਾਈ ਕਰਦੇ ਨੇ, ਬਿਲਕੁਲ, ਪਰ ਹੁਣ ਇੱਥੇ ਇੱਕ ਅਫਸੋਸ ਵੀ ਹੈ ਜੀ ਵੀ ਅਸੀਂ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਹੇ ਹਾਂ ਅਤੇ ਪਰ ਅਸੀਂ ਗੁਰੂ ਸਾਹਿਬ ਦੀ ਫਲਸਫੀ ਤੋਂ ਆ ਜਿਹੜੇ ਉਹ ਦੂਰ ਜਾ ਰਹੇ, ਬਿਲਕੁਲ, ਅਸੀਂ ਗੁਰੂ ਸਾਹਿਬ ਦੀ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂ, ਅਸੀਂ ਰੋਜ਼ ਅਰਦਾਸ 'ਚ ਵੀ ਸ਼ਾਮਿਲ ਹੁੰਦੇ ਹਾਂ ਪਰ ਪਰਨਾਲਾ ਉੱਥੇ ਦਾ ਉੱਥੇ, ਅਸੀਂ ਅਰਦਾਸ ਦੇ ਵਿੱਚ ਬਹੁਤ ਕੁਛ ਮੰਗਦੇ ਹਾਂ, ਸਾਨੂੰ ਸਤਿਗੁਰਾਂ ਨੇ ਦੇਤਾ, ਅਸੀਂ ਉੱਥੇ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕੇਸ ਦਾਨ ਮੰਗੀ ਵੀ ਜਾਂਦੇ ਹਾਂ, ਆ ਕੇ ਕਤਲ ਵੀ ਕਰਾਈ ਜਾਂਦੇ ਹਾਂ, ਵਿਵੇਕ ਦਾਨ ਮੰਗਦੇ ਹਾਂ, ਵਿਵੇਕ ਦੀ ਥਾਂ 'ਤੇ ਅਸੀਂ ਤਰਕ ਕਰਦੇ ਰਹਿੰਦੇ ਹਾਂ ਹਰੇਕ ਗੱਲ ਨੂੰ ਸ਼ੰਕਾ 'ਚ, ਕਿਉਂਕਿ ਤਰਕ ਤਾਂ ਅਸੀਂ ਕਦੇ ਮੰਗਿਆ ਹੀ ਨਹੀਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ 'ਤੇ ਉਹਦੇ ਫਲਸਫੇ ਨੂੰ ਅਪਣਾਉਣ ਦੀ ਲੋੜ ਹੈ ਤਾਂ ਕਿ ਸਿੱਖ ਆ ਜਿਹੜਾ ਇੱਕ ਚੰਗਾ ਮਨੁੱਖ ਜਿੱਥੇ ਹੈਗਾ ਹੀ ਹੈਗਾ, ਜਦੋਂ ਸਿੱਖ ਆ ਗਿਆ ਉਦੋਂ ਉੱਪਰ ਤਾਂ ਕੋਈ ਸ਼ਬਦ ਨਹੀਂ, ਬਿਲਕੁਲ, ਅਤੇ ਅਸੀਂ ਮਨੁੱਖਤਾ ਦੀ ਨੂੰ ਇੱਕ ਰਾਹ ਵਿਖਾਈਏ ਅਤੇ ਸਾਨੂੰ ਇਹ ਵਿਖਾਵੇ ਕਰਨ ਦੀ ਬਜਾਏ ਸਾਨੂੰ ਇਹਦੀ ਫਲਸਫੀ ਨੂੰ ਗੁਰੂ ਸਾਹਿਬ ਜੀ ਨੂੰ ਅਪਣਾਉਣ ਦੀ ਬਹੁਤ ਸਖਤ ਲੋੜ ਹੈ। ਸਿਵਾ ਸਾਹਿਬ ਗੱਲ ਕਰਦੇ ਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਪੰਜਾਬ ਦੇ ਜੀ ਜੀ, ਉੱਥੇ ਸਾਡੇ ਪੰਜਾਬੀ ਨੇ ਬੜਾ ਦਿਲ ਖੋਲ੍ਹ ਕੇ ਰਾਸ਼ਨ ਪਾਣੀ ਦਾ ਦਾਨ ਇੱਥੇ ਆਪਣੇ ਵੀ ਪਿੰਡਾਂ ਦੇ ਪਿੰਡਾਂ 'ਚੋਂ ਜਾ ਰਿਹਾ ਧੜਾ ਧੜਾ, ਪਰ ਉੱਥੇ ਜਿਹੜੀ ਉਸ ਤੋਂ ਵੀ ਬਾਅਦ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਜੀ ਰਾਸ਼ਨ ਤੋਂ, ਜਾਣੀ ਕਿ ਜਿਵੇਂ ਬਿਮਾਰੀਆਂ ਅਤੇ ਜਿਹੜੀ ਉਹਨਾਂ ਦੀ ਆਰਥਿਕਤਾ ਬਿਲਕੁਲ ਤਹਿਸ ਨਹਿਸ ਹੋ ਚੁੱਕੀ ਜੀ, ਉਸ ਦੀ ਬਾਂਹ ਫੜਨ ਲਈ ਕੁਛ ਉਪਰਾਲੇ ਕਰ ਰਹੀਆਂ ਸੰਸਥਾਵਾਂ ਜਿਵੇਂ ਖਾਲਸਾ ਜਿਹੜਾ ਜੀ, ਸੁੱਖੀ ਵਾੜ ਜੀ ਨੇ, ਬਾਬਾ ਸੀਚੇਵਾਲ ਜੀ ਨੇ ਜੀ, ਅਤੇ ਉਸ ਦੇ ਲਈ ਤੁਸੀਂ ਕੋਈ ਦੱਸੋ ਸਾਡੇ ਦਰਸ਼ਕਾਂ ਨੂੰ। ਅਸਲ 'ਚ ਇਹ ਬਹੁਤ ਵੱਡਾ ਕਹਿਰ ਵਾਪਰ ਰਿਹਾ ਜੀ ਪੰਜਾਬੀਆਂ 'ਤੇ, ਉਹਨਾਂ ਨੂੰ ਸਾਰਾ ਤਹਿਸ਼ ਨਹਿਸ਼ ਹੋ ਗਿਆ, ਬਿਲਕੁਲ, ਅਤੇ ਜਿਵੇਂ ਤੁਸੀਂ ਗੱਲ ਕਰੀ ਆ ਪਿੰਡਾਂ ਦੇ ਵਿੱਚੋਂ ਵੀ ਲੰਗਰ ਜਾ ਰਹੇ ਹੈ ਜੀ, ਹੋਰ ਆਰਥਿਕ ਮਦਦ ਜਾ ਰਹੇ ਹੈ, ਬਿਲਕੁਲ, ਇਹ ਸਾਡੇ ਖੂਨ 'ਚ ਹੈ, ਹਾਂਜੀ, ਇਹ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਵੀ ਅਸੀਂ ਮਦਦ ਕਰਨੀ। ਆਪਾਂ ਪਿਛਲੀ ਵਿਚਾਰ ਚਰਚਾ 'ਚ ਵੀ ਇਹ ਗੱਲ ਸਾਂਝੀ ਕਰੀ ਸੀ ਵੀ ਅਸੀਂ ਤਾਂ ਉਹਨਾਂ ਦੀ ਮਦਦ ਵੀ ਕਰਦੇ ਰਹੇ ਹਾਂ ਜਿਨ੍ਹਾਂ ਨਾਲ ਸਾਡਾ ਕੋਈ ਸਾਂਝ ਨਹੀਂ ਜੀ, ਜਾਂ ਜਿਨ੍ਹਾਂ ਨੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀ, ਅਸੀਂ ਤਾਂ ਉਹਨਾਂ ਦੀ ਮਦਦ ਕਰਦੇ ਹਾਂ, ਇੱਥੇ ਤਾਂ ਸਾਡੇ ਭਰਾਵਾਂ 'ਤੇ ਬਿਲਕੁਲ,
ਆਫਤ ਆਈ ਹੈ ਅਤੇ ਅਸੀਂ ਉਹਨਾਂ ਦੀ ਮਦਦ ਕਰਨੀ, ਇਹ ਇੱਕ ਗੱਲ ਬੜੀ ਇੱਕ ਖੁਸ਼ੀ ਦੀ ਵੀ ਹੈ। ਖਾਲਸਾ ਏਡ ਵਰਗੀਆਂ ਜਥੇਬੰਦੀਆਂ ਜਿਹੜੀਆਂ ਇੰਟਰਨੈਸ਼ਨਲ ਤੌਰ 'ਤੇ ਜੀ, ਉਹਨਾਂ ਦੇ ਪ੍ਰਧਾਨ ਨੂੰ ਮੈਂ ਸਜਦਾ ਕਰਦਾ, ਉਹ ਉਮਰੀ ਉਹਦੀ ਲੰਬੀ ਉਮਰ ਦੀ ਅਤੇ ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਵੀ ਆਪਾਂ ਅਰਦਾਸ ਕਰਦੇ ਹਾਂ। ਬਿਲਕੁਲ, ਵੀ ਉਹਨਾਂ ਨੇ ਕਦੇ ਕਿਸੇ ਵਿਤਕਰੇ ਤੋਂ ਨਹੀਂ ਕਰਿਆ, ਕਿਸੇ ਨਾਲ ਬਿਨ ਵਿਤਕਰੇ ਤੋਂ। ਜੇ ਹੁਣ ਮੀਆਂ ਮੀਰ ਮੀਆਂ ਮਾਰ ਜਿਹਨੂੰ ਕਹਿੰਦੇ ਆ, ਪਹਿਲਾਂ ਵਰਮਾ ਕਹਿੰਦੇ ਹੁੰਦੇ, ਉਹ ਉੱਥੇ ਇੱਕ ਬੜਾ ਬੜਾ ਕ੍ਰਾਇਸਿਸ ਆਇਆ ਮੁਸਲਮਾਨਾਂ ਦੇ ਵਿਚਾਰਿਆਂ ਦੇ, ਉੱਥੇ ਵੀ ਉਹਨਾਂ ਨੇ ਲੰਗਰ ਲਾਏ ਅਤੇ ਇਰਾਨ ਦੇ ਵਿੱਚ ਵੀ ਜਾ ਉਹਨਾਂ ਨੇ ਲੰਗਰ ਲਾਏ। ਜਿੱਥੇ ਵੀ ਕੋਈ ਕੁਦਰਤੀ ਆਫਤ ਪੈਂਦੀ ਹੈ ਉਹ ਉੱਥੇ ਪਹੁੰਚ ਜਾਂਦੇ ਆ, ਅਤੇ ਹੁਣ ਉਹ ਪੰਜਾਬ ਦੇ ਵਿੱਚ ਵੀ ਪਹੁੰਚੇ ਹੋਏ ਆ। ਉਹਨਾਂ ਨੇ ਜਿੱਥੇ ਅਜਿਹੀ ਲੰਗਰਾਂ ਦੀ ਤੋਂ ਉੱਪਰ ਉੱਠ ਕੇ ਵੀ ਉਹ ਆਰਥਿਕ ਮਦਦ ਕਰਨ ਵਾਸਤੇ ਬਹੁਤ ਸਾਰੇ ਪੈਸੇ ਦੀ ਉਹਨਾਂ ਨੇ ਪੰਜਾਬ ਵਾਸਤੇ ਔਫਰ ਕਰੀ ਹੈ ਵੀ ਅਸੀਂ ਇਹ ਪੈਸਾ ਜਿਹੜਾ ਲੋਕਾਂ ਦੇ ਜਿੱਥੇ ਵੀ ਨੁਕਸਾਨ ਹੋਇਆ ਉਹ ਪੂਰਾ ਕਰਾਂਗੇ। ਅਤੇ ਅੱਜ ਮੈਂ ਅਖਬਾਰ ਪੜ੍ਹ ਕੇ ਕਮਾਲ ਹੀ ਮੰਨ ਗਿਆ, ਉਹ ਮੱਝਾਂ ਦਾ ਵੀ ਲੰਗਰ ਲਾਈ ਬੈਠੇ। ਹਾਂਜੀ ਬਿਲਕੁਲ, ਉਹ ਮੱਝਾਂ ਮੰਨ ਰਹੇ ਲੈ ਭਈਆ ਦੁੱਧ ਪੀ ਲਓ ਜਿਹਨੂੰ, ਜਿਹਦੀ ਮੱਝ ਉਹ ਐਡੂ ਵੱਡੀ ਸੇਵਾ। ਅਤੇ ਸੰਤ ਬਾਬਾ ਸੀਚੇਵਾਲ ਦਾ ਵੀ ਰੋਲ ਆ ਜਿਹੜਾ ਉਹ ਬੜਾ ਸ਼ਲਾਘਾਯੋਗ ਹੈ, ਕਿਉਂਕਿ ਅਜਿਹੇ ਸੰਤ ਮਹਾਂਪੁਰਸ਼ ਉਹ ਕੰਮ ਤੋਂ ਹੀ ਅਸਲ ਵੇਖੇ ਜਾ ਸਕਦੇ ਹੁੰਦੇ ਆ, ਊਂ ਇੱਥੇ ਲੰਮੇ ਚੋਲੇ ਪਾ ਕੇ ਹੋਰ ਬਥੇਰੇ ਤੁਰੇ ਫਿਰਦੇ ਆ। ਕੋਈ ਗਿਆ ਇੱਥੇ ਆ ਕੇ ਇੱਕ ਕੀਰਤਨ ਦਰਬਾਰ ਕਰਿਆ, ਲੱਖ ਲੈ ਗਏ, 1.25 ਲੱਖ ਲੈ ਗਏ, ਮਿਹਣੋ ਮਿਹਣੀ ਹੋ ਕੇ ਲੋਕਾਂ ਨੂੰ ਕਰੀ ਜਾਂਦੇ ਆ। ਸੀਚੇਵਾਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ, ਖਾਲਸਾ ਏਡ ਦਾ ਬਹੁਤ ਧੰਨਵਾਦ, ਜਿਹੜੇ ਲੋਕ ਚੱਲੇ ਹੋਏ ਆ ਉਹਨਾਂ ਦਾ ਬਹੁਤ ਧੰਨਵਾਦ। ਤੁਸੀਂ ਜਿਹੜੀ ਬਾਅਦ 'ਚ ਗੱਲ ਕਰੀ ਸੀ ਵੀ ਉਸ ਤੋਂ ਬਾਅਦ ਹੋਰ ਮੁਸੀਬਤਾਂ ਖੜੀਆਂ ਹੋਣ ਵਾਲੀਆਂ ਹੁੰਦੀਆਂ, ਜਿਵੇਂ ਬਿਮਾਰੀ ਫੈਲਣ ਦਾ ਬਹੁਤ ਵੱਡਾ ਡਰ ਹੁੰਦਾ, ਕਿਉਂਕਿ ਉਹਦੇ ਵਿੱਚ ਪਸ਼ੂ ਮਰ ਜਾਂਦੇ ਆ, ਨੁਕਸਾਨ ਹੋਏ ਹੁੰਦੇ ਆ ਅਤੇ ਬਦਬੂ ਫੈਲ ਜਾਂਦੀ ਹੈ, ਉਸ ਬਦਬੂ ਦੇ ਵਿੱਚੋਂ ਕਈ ਵਾਰੀ ਮਤਲਬ ਮਾਰੂ ਬਿਮਾਰੀਆਂ ਫੈਲਣ ਦਾ ਡਰ ਹੁੰਦਾ। ਹੁਣ ਦਵਾਈਆਂ ਦਾ ਇੰਤਜ਼ਾਮ ਆ, ਖਾਲਸਾ ਏਡ ਵੀ ਹੋਰ ਵੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹ ਇਸ ਗੱਲ ਵਾਲੇ ਨੂੰ ਪ੍ਰੇਰਿਤ ਹੋਈਆਂ ਵੀ ਉਹ ਦਵਾਈਆਂ ਦਾ ਵੀ ਇੰਤਜ਼ਾਮ ਕਰ ਰਹੀਆਂ, ਅਤੇ ਵਾਹਿਗੁਰੂ ਕਰੇ ਕੋਈ ਬਿਮਾਰੀ ਨਾ ਫੈਲੇ ਅਤੇ ਉਹ ਲੋਕਾਂ ਦਾ ਵਿਚਾਰਿਆਂ ਦਾ ਮੁੜ ਵਸੇਵਾ ਹੋ ਜੇ, ਆਪਣੀ ਤਾਂ ਇਹੋ ਹੀ ਅਰਦਾਸ ਹੈ। ਅਤੇ ਇਹਨਾਂ ਦੋਨਾਂ ਜਥੇਬੰਦੀਆਂ ਦਾ ਜਿਨ੍ਹਾਂ ਨੇ ਤੁਸੀਂ ਨਾਂ ਲਿਆ, ਵੈਸੇ ਤਾਂ ਸਾਰਿਆਂ ਦਾ, ਜਿਨ੍ਹਾਂ ਦਾ ਮੇਰੀ ਉੱਥੇ ਯੋਗਦਾਨ ਪਾਇਆ, ਭਾਵੇਂ ਉਹਦਾ ਵੱਧ ਹੈ ਭਾਵੇਂ ਉਹਦਾ ਘੱਟ ਹੈ, ਉਹਨਾਂ ਸਾਰਿਆਂ ਨੂੰ ਵੀ ਦਾ ਧੰਨਵਾਦ, ਪਰ ਖਾਸ ਕਰਕੇ ਸਰਦਾਰ ਰਵੀ ਸਿੰਘ ਦਾ, ਖਾਲਸਾ ਏਡ ਵਾਲਿਆਂ ਦਾ, ਸੰਤ ਬਾਬਾ ਸੀਚੇਵਾਲ ਦਾ, ਅਤੇ ਇੱਕ ਜਥੇਬੰਦੀ ਹੋਰ ਉਹ ਮੈਂ ਸੱਜਣ ਦਾ ਖੋਸਾ ਸਾਹਿਬ, ਉਹਨਾਂ ਨੇ ਵੀ ਵਿਚਾਰਿਆਂ ਨੇ ਕਾਫੀ ਉੱਦਮ ਕਰੇ ਹੈ, ਉਹਨਾਂ ਨੇ ਇੱਕ ਪੁਲ ਬੰਨਦੇ ਵੀ ਵੇਖੇ ਗਏ ਆ। ਇਹਨਾਂ ਸਾਰਿਆਂ ਦਾ ਜਿੰਨਾ ਵੀ ਆਪਾਂ ਧੰਨਵਾਦ ਕਰੀਏ, ਹੌਸਲਾ ਅਫਜਾਈ ਕਰੀਏ, ਉਹਨਾਂ ਥੋੜ੍ਹਾ ਜੀ ਜੀ। ਪਰ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਕਿਤੇ ਖੜੀ ਨਜ਼ਰ ਨਹੀਂ ਆ ਰਹੀ, ਅੱਜ ਅਖਬਾਰ ਦੇ ਵਿੱਚ ਲੋਕਾਂ ਨੇ ਉੱਥੇ ਰੋਸ ਵੀ ਪ੍ਰਗਟ ਕੀਤਾ ਇਸ। ਆਪਾਂ ਵਾਲੀ ਨੁਕਤਾ ਜਿੰਨੀ 'ਚ ਵਿਸ਼ਵਾਸ, ਇਹਨਾਂ ਦੇ ਕੰਮ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਹੈ ਜੀ, ਅਤੇ ਨਾਲੇ ਇਹਨਾਂ ਨੇ ਕਿਹੜਾ ਮੰਨਣਾ ਹੁੰਦਾ, ਅਸੀਂ ਕਰਦੇ ਨਹੀਂ, ਬਿਆਨ ਹੀ ਦੇਣਾ ਇਹਨਾਂ ਨੂੰ ਤਾਂ। ਉਹ ਲੀਡਰਾਂ ਦਾ ਤਾਂ ਇਹ ਹਾਲ ਹੁੰਦਾ ਵੀ ਇੱਕ ਪਾਸੇ ਬੇਇੱਜ਼ਤੀ ਹੋਈ, ਦੂਜੇ ਪਾਸੇ ਜਾ ਕੇ ਕਹਿਣਗੇ ਜੀ ਉੱਥੇ ਬੜੇ ਹਾਰ ਪਏ ਆ ਜੀ ਸਾਡੇ ਫੁੱਲਾਂ ਦੇ, ਇਹਨਾਂ ਨੇ ਤਾਂ ਇਹੋ ਜਿਹੇ ਕੰਮ ਹੀ ਕਰਨੇ ਹੁੰਦੇ ਆ, ਇਹਨਾਂ ਨੂੰ ਕੋਈ ਬਾਹਲਾ। ਇਹ ਤਾਂ ਅਸਲ 'ਚ ਲੋਕ ਰਾਜ ਤਾਂ ਇਹਨਾਂ ਨੂੰ ਐਂ ਹੈ ਨਹੀਂ ਵੀ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਇਹ ਤਾਂ ਜਦੋਂ ਚੁਣ ਕੇ ਗਏ ਉਦੋਂ ਹੀ ਡਿਕਟੇਟਰਾਂ ਵਾਲੇ ਕੰਮ ਆ, ਅਤੇ ਨਾਲੇ ਹੁਣ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਨਾ ਉਹ ਟੁੱਟਦਾ ਜਾ ਰਿਹਾ, ਅਤੇ ਜਿਹੜਾ ਟੁੱਟਣਾ ਨਹੀਂ ਚਾਹੀਦਾ, ਸਰਕਾਰਾਂ 'ਚੋਂ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ, ਅਤੇ ਮਗਰ ਫਿਰ ਕੜੀ ਦਾ ਕੰਮ ਕੌਣ ਕਰੂਗਾ। ਅਤੇ ਹੁਣ ਇਹਨਾਂ ਗੱਲਾਂ ਦਾ ਸਵਾਲ ਤਾਂ ਰਵਾਣਾ ਸਾਹਿਬ ਉਹੀ ਦੇ ਸਕਦੇ ਆ, ਆਪਣੇ ਕੋਲ ਉਹਨਾਂ ਪ੍ਰਤੀ ਜਵਾਬ ਕੋਈ ਨਹੀਂ। ਠੀਕ ਹੈ, ਸਿਵੀਆਂ ਸਾਹਿਬ ਇੱਕ ਬੜਾ ਮਸਲਾ ਆਪਣੇ ਨਾਲ ਜੁੜਿਆ ਹੋਇਆ, ਆਪਣੇ ਨਾਲ ਬਹੁਤ ਤੰਗ ਹੈ ਪੰਜਾਬੀਆਂ ਨੂੰ, ਕਰਤਾਰਪੁਰ ਸਾਹਿਬ ਦਾ ਜੋ ਲੰਘਾ ਹੈਗਾ ਕੋਰੀਡੋਰ ਜੋ ਬਣਨਾ ਹੈਗਾ, ਪਰ ਜਿਹੜੇ ਕੁਛ ਪਿਛਲੇ ਸਮੇਂ ਤੋਂ ਜਿਹੜੇ ਹਾਲਾਤ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਅਣਸੁਖਾਵੇਂ ਚੱਲ ਰਹੇ ਹੈ, ਕੀ ਲੱਗਦਾ ਤੁਹਾਨੂੰ ਕਿ ਕਿਹੋ ਜਿਹਾ ਪ੍ਰਭਾਵ ਉਸ ਲਾਂਘੇ 'ਤੇ ਕੀ ਪੈ ਸਕਦਾ ਹੈ, ਬੁਰਾ ਪ੍ਰਭਾਵ? ਜਦੋਂ ਤੋਂ ਧਾਰਾ 370 ਜੰਮੂ ਕਸ਼ਮੀਰ 'ਚੋਂ ਖਤਮ ਕਰੀ ਹੈ ਜੀ, ਉਦੋਂ ਤੋਂ ਇੰਡੀਆ ਦੇ ਅਤੇ ਪਾਕਿਸਤਾਨ ਦੇ ਜਿਹੜੇ ਸੰਬੰਧ ਹੈ ਜੀ ਅਣਸੁਖਾਵੇਂ ਹੈ ਜੀ।
ਦੋਨੇ ਪਾਸੇ ਬਿਆਨਬਾਜ਼ੀ ਵੀ ਸਿਖਰ 'ਤੇ ਹੈ ਜੀ, ਅਤੇ ਕਿਤੇ ਨਾ ਕਿਤੇ ਇਸ਼ਾਰੇ ਇਹ ਵੀ ਹੋ ਰਹੇ ਆ ਵੀ ਸ਼ਾਇਦ ਹੋ ਸਕਦਾ ਕੋਈ ਲੜਾਈ ਵੀ ਲੱਗ ਜੇ ਅਤੇ ਉਹਦੇ ਵਿੱਚੋਂ ਕਰਤਾਰਪੁਰ ਲਾਂਘਾ ਪ੍ਰਤੀ ਕੋਈ ਸਹਿਰਦ ਤਾਂ ਮਤਲਬ ਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਸਕਦੀ ਹੈ। ਜਿਵੇਂ ਪਿੱਛੇ ਜੇ ਚੰਡੀਗੜ੍ਹ ਆਇਆ ਉਹ ਇਹਨਾਂ ਦਾ ਇੱਕ ਲੀਡਰ ਸਮਰਵਨ ਸਵਾਮੀ, ਹਾਂਜੀ ਉਹ ਇੱਕ ਆਪਦੇ ਹੀ ਬਿਆਨ ਜਿਹਾ ਦੇ ਗਿਆ, ਉਹ ਹਮੇਸ਼ਾ ਹੀ ਬਿਆਨਾਂ 'ਚ ਰਹਿੰਦਾ ਕੋਈ ਨਾ ਕੋਈ ਇਹੋ ਜਿਹੇ, ਅਤੇ ਮੈਨੂੰ ਕਦੇ ਨਾ ਕਦੇ ਸ਼ੰਕਾ ਜ਼ਰੂਰ ਰਹਿੰਦਾ ਵੀ ਇਹ ਰੋਕਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਜੀ, ਪਰ ਦੂਜੇ ਪਾਸੇ ਮੈਨੂੰ ਗੁਰੂ ਸੱਚੇ ਪਾਤਸ਼ਾਹ 'ਚ ਐਡਾ ਵੱਡਾ ਵਿਸ਼ਵਾਸ ਹੈ ਜੀ, ਅਤੇ ਮੈਨੂੰ ਲੱਗਦਾ ਵੀ ਇਹ ਲਾਂਘਾ ਰੁਕੇਗਾ ਨਹੀਂ। ਹੁਣ ਤੁਸੀਂ ਵੇਖੋ ਕੱਲ੍ਹ ਹੀ ਜੀ ਦੋਨਾਂ ਦੇਸ਼ਾਂ ਦੀ ਇੱਕ ਸਾਂਝੀ ਮੀਟਿੰਗ ਜੀਰੋ ਲਾਈਨ 'ਤੇ ਹੋ ਕੇ ਹਟੀ ਹੈ, ਬਿਲਕੁਲ ਉਹਦੇ ਵਿੱਚ ਪਾਕਿਸਤਾਨ ਦੇ ਆਲਾ ਅਧਿਕਾਰੀ ਅਤੇ ਉਹ ਸ਼ਾਮਿਲ ਹੋਏ ਹੈ ਜੀ, ਇੱਧਰੋਂ ਭਾਰਤ ਸਰਕਾਰ ਦੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀ ਮਤਲਬ ਉਹਦੇ 'ਚ ਸ਼ਾਮਿਲ ਹੋਏ ਹੈ। ਉਹਦੇ ਵਿੱਚ ਭਾਵੇਂ ਐਡੇ ਛੇਤੀ ਹੈ ਜਿਹੜਾ ਰਾਵੀ ਦੇ ਉੱਪਰ ਪੁਲ ਨਹੀਂ ਬਣ ਸਕਦਾ, ਆਰ ਜੀ ਪੁਲ ਬਣਾਉਣ ਦੀ ਸਹਿਮਤੀ ਵੀ ਹੋਈ ਹੈ ਜੀ, ਅਤੇ ਉਹ 8 ਨਵੰਬਰ ਤੋਂ ਮੇਰਾ ਖਿਆਲ ਉਹ ਲਾਂਘਾ ਜਿਹੜਾ ਖੁੱਲ੍ਹ ਵੀ ਰਿਹਾ, ਅਤੇ ਉਹਦਾ ਕੰਮ ਹੈ ਕਿਸ ਪੱਧਰ 'ਤੇ ਚੱਲ ਰਿਹਾ, ਉਹਨੂੰ ਹੋਰ ਜੰਗੀ ਪੱਧਰ 'ਤੇ ਉਸ ਕੰਮ ਨੂੰ ਰਜਾ ਕੇ ਇਹ ਮਤਲਬ ਸਿਰੇ ਚਾੜ੍ਹਨਾ ਚਾਹੀਦਾ ਤਾਂ ਕਿ ਜਿਹੜਾ ਸਿੱਖ ਹੈ ਉਹ ਆਪਦੀ ਆਸਥਾ ਗੁਰੂ ਸਥਾਨਾਂ 'ਚ ਰੱਖਦੇ ਹੋਏ ਉੱਥੇ ਆਪਦੇ ਧਰਮ ਪ੍ਰਤੀ ਮਤਲਬ ਮੱਥਾ ਟੇਕ ਸਕਣ ਜੀ, ਅਤੇ 12 ਨਵੰਬਰ ਜਿਹੜਾ ਗੁਰੂ ਸਾਹਿਬ ਦਾ 550 ਸਾਲਾ ਗੁਰਪੁਰਬ ਆ ਰਿਹਾ ਉਹਨੂੰ ਬੜੀ ਖੁਸ਼ੀ ਚਾਵਾਂ ਦੇ ਨਾਲ ਲਾਉਣ। ਪਰ ਦੂਸਰਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਦੁਖੀ ਬਹੁਤ ਬੈਠੇ ਨੇ, ਉਹਨਾਂ ਨੇ ਬਿਆਨਬਾਜ਼ੀ ਕਰੀ ਜਾਣੀ ਹੈ, ਅਤੇ ਆਪਣੀ ਸਰਕਾਰਾਂ ਨੂੰ ਅਪੀਲ ਹੈ ਵੀ ਇਹ ਲਾਂਘਾ ਜਿਹੜਾ ਇਹ ਸਿੱਖਾਂ ਦਾ ਹੱਕ ਹੈ, ਰਾਈਟ ਹੈ, ਉਹਨਾਂ ਦਾ ਹੱਕ ਤਾਂ ਉਹਨਾਂ ਨੂੰ ਵਾਂਝੇ ਨਹੀਂ ਕਰਨਾ ਚਾਹੀਦਾ, ਇਹ ਹਮੇਸ਼ਾ ਵਾਸਤੇ ਖੁੱਲ੍ਹ ਜਾਣੇ ਚਾਹੀਦੇ ਇਹੋ ਜਿਹੇ ਰਸਤੇ ਬਿਨਾਂ ਕਿਸੇ ਵੀਜ਼ੇ ਦੇ ਜੀ, ਬਿਨਾਂ ਕਿਸੇ ਉਸ ਦੇ ਵੀ ਉਹ ਜਾਣ ਮੱਥਾ ਟੇਕ ਕੇ ਵਾਪਸ ਆ ਜਾਣ, ਇਹਦੇ ਨਾਲ ਕੋਈ ਮਨੁੱਖਤਾ ਨੂੰ ਖਤਰਾ ਨਹੀਂ, ਸਮਾਂ ਮਨੁੱਖਤਾ ਦਾ ਇਹਦੇ 'ਚ ਭਲਾ ਹੋਣ ਵਾਲਾ ਜੀ। ਸਿਵੀਆਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜਵਾਬ ਦੇਣ ਲਈ ਆਪਣੇ, ਧੰਨਵਾਦ ਜੀ। ਦੋਸਤੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਅਤੇ ਨਾਲ ਹੀ ਸਾਡੇ ਹੋਰ ਪ੍ਰੋਗਰਾਮ ਜੋ ਤੁਸੀਂ ਦੇਖਦੇ ਹੋ ਖਬਰਾਂ ਇੰਟਰਵਿਊਸ ਉਹਨਾਂ ਬਾਰੇ ਵੀ ਆਪਣੇ ਵਿਚਾਰ ਆਪਣੇ ਕੀਮਤੀ ਵਿਚਾਰ ਜਿਹੜੇ ਹੈ ਕਮੈਂਟ ਦੇ ਰੂਪ ਵਿੱਚ ਜ਼ਰੂਰ ਦਿਓ। ਬਹੁਤ ਬਹੁਤ ਸ਼ੁਕਰੀਆ।